ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਲੁਧਿਆਣਾ ਦੇ ਪਾਲਿਸੀ ਰਿਕਾਰਡ ਨੂੰ ਗੁੰਮ ਕਰਨ ਦੇ ਦੋਸ਼ ਹੇਠ ਜ਼ੋਨਲ ਏ ਵਿਖੇ ਤੈਨਾਤ ਕਲਰਕ ਜੈ ਕੁਮਾਰ ਅਤੇ ਤੈ ਬਜਾਰੀ, ਜ਼ੋਨਲ ਸੀ ਵਿਖੇ ਤੈਨਾਤ ਕਲਰਕ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ SSP ਰਵਿੰਦਰਪਾਲ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਇਸ ਸੰਬੰਧੀ ਦੋਵੇਂ ਮੁਲਜ਼ਮ ਕਲਰਕ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ IPC ਧਾਰਾ 409, 201, 204, 120B ਅਤੇ ਭ੍ਰਿਸ਼ਟਾਚਾਰ ਰੋਕੋ ਕਾਨੂੰਨ ਦੀ ਧਾਰਾ 13(1) ਅਤੇ 13(2) ਅਧੀਨ FIR ਨੰਬਰ 30 ਮਿਤੀ 27/9/2024 ਦੇ ਤਹਿਤ ਕੇਸ ਦਰਜ ਕੀਤਾ ਗਿਆ। ਇੱਕ ਗਿੱਲ ਰੋਡ ਲੁਧਿਆਣਾ 'ਤੇ ਸਕੂਟਰ ਮਾਰਕੀਟ ਔਰ ਇੱਕ ਖੋਖਾ ਮਾਰਕੀਟ ਸੀਗੀ IT ਬਿਲਡਿੰਗ ਸਾਹਮਣੇ। ਇਹਨਾਂ ਦੇ ਰਿਗਾਰਡਿੰਗ ਜਿਹੜੀ ਮਾਨਯੋਗ ਹਾਈ ਕੋਰਟ 'ਚ ਰਿਟ ਪਟੀਸ਼ਨ ਚੱਲ ਰਹੀਆਂ ਸੀਗੀਆਂ, 2010 ਵਿੱਚ ਰਿਟ ਪਟੀਸ਼ਨਜ਼ ਹੋਈਆਂ ਸੀਗੀਆਂ। ਉਹਦੇ ਬੇਸਿਸ 'ਤੇ ਫਿਰ ਕਾਰਪੋਰੇਸ਼ਨ ਵੱਲੋਂ ਇੱਕ ਪੋਲਿਸੀ ਬਣਾ ਕੇ ਇਸ ਨੂੰ ਸਕੂਟਰ ਮਾਰਕੀਟ ਜਿਹੜੀ ਸੀਗੀ ਇਹਨੂੰ ਸ਼ਿਫਟ ਕੀਤਾ ਗਿਆ ਸੀਗਾ ਬੱਸ ਸਟੈਂਡ ਦੇ ਲਾਗੇ। ਉੱਥੇ ਇਹਨਾਂ ਨੇ ਦੁਕਾਨਾਂ ਵਗੈਰਾ ਬਣਾ ਦਿੱਤੀਆਂ ਸੀਗੀਆਂ। ਉਹਦੇ 'ਚ ਕਈ ਲੋਕ ਸੀਗੇ, ਉਹਨਾਂ ਨੂੰ ਦੁਕਾਨਾਂ ਵਗੈਰਾ ਨਹੀਂ ਮਿਲੀਆਂ ਸੀ। ਇੱਕ ਵਿਨੇ ਕੁਮਾਰ ਹੈ, ਉਹਨੇ ਫਿਰ ਇੱਕ ਰਿਟ ਪਟੀਸ਼ਨ ਹਾਈ ਕੋਰਟ 'ਚ ਕੀਤੀ ਸੀਗੀ ਔਰ 2013 'ਚ। ਉਹਦਾ ਕਹਿਣਾ ਸੀ ਮੈਨੂੰ ਸ਼ੋਪ, ਉਹਦੀ ਵੀ ਸ਼ੋਪ ਸੀਗੀ ਗਿੱਲ ਰੋਡ 'ਤੇ, ਮੈਨੂੰ ਮਿਲੀ ਨਹੀਂ। ਉਹਦੇ ਰਿਗਾਰਡਿੰਗ ਮਾਨਯੋਗ ਹਾਈ ਕੋਰਟ 'ਚ ਸੁਣਵਾਈ ਚੱਲ ਰਹੀ ਸੀ ਔਰ ਹਾਈ ਕੋਰਟ 'ਚ ਫਿਰ ਉਹਦੇ ਜਵਾਬ ਤਲਬੀ ਹੋ ਰਹੀ ਸੀਗੀ ਕਾਰਪੋਰੇਸ਼ਨ ਤੋਂ। ਫਿਰ ਕਰੀਬ 6-7 ਮਹੀਨੇ ਤੋਂ ਇਸ ਦੀ ਜਾਂਚ ਵਿਜੀਲੈਂਸ ਨੂੰ ਸੌਂਪਤੀ ਗਈ ਸੀ ਹਾਈ ਕੋਰਟ ਵੱਲੋਂ ਔਰ ਇਹ ਹਾਈ ਕੋਰਟ ਨੇ ਵਿਜੀਲੈਂਸ ਦੀ ਰਿਪੋਰਟ ਮੰਗੀ ਸੀਗੀ। ਇਹਦੇ ਵਿੱਚ ਪੋਲਿਸੀ ਚੈੱਕ ਕੀਤੀ ਜਾਵੇ, ਪੋਲਿਸੀ ਕਿਸ ਆਧਾਰ 'ਤੇ ਬਣੀ ਹੈ, ਕਿਵੇਂ ਬਣੀ ਹੈ ਔਰ ਇਹ ਜਿਹੜੀ ਪੋਲਿਸੀ ਹੈਗੀ ਆ ਸਕੂਟਰ ਮਾਰਕੀਟ ਵਾਲੀ, ਇਹਦੇ 'ਚ ਅਸੀਂ ਮੰਗ ਰਹੇ ਸੀਗੇ ਕਾਰਪੋਰੇਸ਼ਨ ਤੋਂ ਵਾਰ ਵਾਰ, ਉਹ ਪੋਲਿਸੀ ਮਿਲ ਨਹੀਂ ਰਹੀ ਔਰ ਲਾਸਟ ਇੱਕ ਤਰੀਕ ਸੀਗੀ 28/8/24 ਨੂੰ ਮਾਨਯੋਗ ਹਾਈ ਕੋਰਟ ਨੇ ਫਿਰ ਇਹਦੇ ਬਾਰੇ ਕਿਹਾ ਸੀ ਵੀ ਜੇ ਪੋਲਿਸੀ ਨਹੀਂ ਦਿੱਤੀ ਜਾਂਦੀ ਡਾਕੂਮੈਂਟ ਵਗੈਰਾ ਜਿਹੜੇ ਹੈਗੇ ਨੇ ਵਿਦਇਨ 7 ਡੇਜ਼ ਤਾਂ ਇਹਦਾ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾਵੇ। ਉਹ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਮਿਲੀ ਸੀ ਔਰ ਇਹਨਾਂ ਦੀ ਰਿਪੋਰਟ ਆ ਗਈ ਸੀਗੀ ਕਾਰਪੋਰੇਸ਼ਨ ਤੋਂ ਔਰ ਉਹਦੇ ਬੇਸਿਸ 'ਤੇ ਫਿਰ ਇਹਦੀ ਜਾਂਚ ਕੀਤੀ ਹੈ। DSP ਵਿਨੋਦ ਸਾਡੇ ਯੂਨਿਟ 'ਚ ਲੱਗੇ ਨੇ, ਉਹ ਸਾਰੀ ਰਿਪੋਰਟ ਬਣਾ ਕੇ ਫਿਰ ਇਹ ਸਾਹਮਣੇ ਗੱਲ ਆਈ ਵੀ ਇੱਕ ਅਜੇ ਕੁਮਾਰ ਲਾ ਬ੍ਰਾਂਚ ਵਿੱਚ ਲੱਗਾ ਹੋਇਆ ਕਲਰਕ ਔਰ ਇੱਕ ਲਖਵੀਰ ਸਿੰਘ ਤੈਬਾਜੀ ਬਰਾਜ ਵਿੱਚ, ਇਹਨਾਂ ਦੋਨਾਂ ਦਾ ਕਸੂਰ ਪਾਇਆ ਗਿਆ। ਔਰ ਜਿਹੜਾ ਲਖਵੀਰ ਸਿੰਘ ਸੀ, ਇਹਨੇ ਪਹਿਲਾਂ ਹੀ ਫੋਟੋ ਸਟੇਟ ਵਗੈਰਾ ਪੋਲਿਸੀ ਦੀ ਕਰਾ ਕੇ ਰੱਖੀ ਹੋਈ ਸੀਗੀ ਔਰ ਲਾਸਟ ਜਿਹੜੀ ਮੂਵਮੈਂਟ ਆ ਉਹ ਅਜੇ ਕੁਮਾਰ ਦੇ ਕੋਲ ਪਾਈ ਗਈ ਹੈ ਅੱਗੋਂ। ਇਸ ਕਰਕੇ ਇਹ ਜਿਹੜੇ ਦੋਨੇ ਹੀ ਮੁੱਢਲੀ ਤਫਤੀਸ਼ 'ਤੇ ਦੋਸ਼ੀ ਪਾਏ ਗਏ ਔਰ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਔਰ ਅੱਜ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ, ਕੱਲ੍ਹ ਨੂੰ ਅਦਾਲਤ 'ਚ ਪੇਸ਼ ਕਰਾਂਗੇ, ਬਾਕੀ ਤਫਤੀਸ਼ ਜਾਰੀ। ਨਹੀਂ ਦੇਖੋ, ਉਹਦੀ ਜਿਹੜੀ ਪੋਲਿਸੀ ਦੇ ਰਿਗਾਰਡਿੰਗ ਸਾਰੀ ਉਹਦੀ ਇਨਕੁਆਇਰੀ ਚੱਲ ਰਹੀ ਹੈ, ਉਹ ਇਨਕੁਆਇਰੀ ਜਿਹੜੀ ਅੰਡਰ ਪ੍ਰੋਸੈਸ ਹੈ। ਬਾਕੀ ਜਿਹੜੀ ਪੋਲਿਸੀ ਹੈ ਰੀਨਲ ਡਾਕੂਮੈਂਟ ਜਿਹੜਾ ਸਾਨੂੰ ਚਾਹੀਦਾ ਉਹ ਸਾਨੂੰ ਅਜੇ ਤੱਕ ਨਹੀਂ ਮਿਲਿਆ, ਇਸੇ ਕਰਕੇ ਇਹ ਮੁਕੱਦਮਾ ਦਰਜ ਹੋਇਆ। ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ, ਇਸੇ ਚੀਜ਼ ਨੂੰ ਸਾਰਾ ਐਗਜ਼ਾਮਿਨ ਕੀਤਾ ਜਾਏਗਾ। ਬਾਕੀ ਹੋਰ ਵੀ ਜੇ ਕੋਈ ਦੋਸ਼ੀ ਪਾਇਆ ਜਾਂਦਾ ਉਹਦੇ ਬਾਰੇ ਵੈਰੀਫਾਈ ਕਰਕੇ ਕਾਰਵਾਈ ਕੀਤੀ ਜਾਏ। ਕੱਲ੍ਹ ਨੂੰ ਅਦਾਲਤ 'ਚ ਪੇਸ਼ ਕਰਨਾ ਇਹਨਾਂ ਨੂੰ, ਕੱਲ੍ਹ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।